ਦੀ ਬੇਨਤੀ ਕਰਾਂ ਵਿਸ਼ੇ ਚ ਆਵਾਂ ਕਿ ਅਰਦਾਸ ਜਿਹੜਾ ਸ਼ਬਦ ਹੈ ਇਹਦੇ ਅੱਖਰ ਗਤ ਵੀ ਵਿਵੇਚਨ ਸਿੱਖ ਵਿਦਵਾਨਾਂ ਨੇ ਕੀਤਾ ਹੈ। ਇਹ ਚਾਰ ਅੱਖਰਾਂ ਦਾ ਸੁਮੇਲ ਹੈ। ਆਪ ਵਿੱਚੋਂ ਬਹੁਤ ਸੰਗਤ ਨੂੰ ਪਤਾ ਹੈ, ਪਰ ਜਿਨ੍ਹਾਂ ਨੂੰ ਨਹੀਂ ਪਤਾ ਸਿਰਫ ਉਹਨਾਂ ਦੀ ਬੇਨਤੀ ਕਰਨ ਲੱਗਾ। ਐੜਾ ਰਾਰਾ, ਦੱਦੇ ਨੂੰ ਕੰਨਾ ਤੇ ਸੱਸੇ ਨੂੰ ਸਿਆਰੀ, ਇਹ ਇਹ ਬਨਾਵਟ ਹੈ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਦੀ। ਉਂਝ ਅਰਦਾਸ, ਅਰਦਾਸੇ ਤੇ ਅਰਦਾਸਾ ਲਫ਼ਜ਼ ਇਸ ਰੂਪ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਅਰਦਾਸੇ ਤੇ ਅਰਦਾਸਾ ਆਇਆ। ਤੇ ਜਦੋਂ ਇਹ ਚਾਰ ਅੱਖਰਾਂ ਦੇ ਉਹਨਾਂ ਸ਼ਬਦ ਬਣਾ ਕੇ ਅਰਥ ਕੀਤੇ, ਮੈਂ ਇਸ ਕਰਕੇ ਬੇਨਤੀ ਕਰਨਾ ਉਹਨਾਂ, ਇਹ ਚਾਰ ਅੱਖਰ ਵੀ ਏਡਾ ਵੱਡਾ ਸਹਾਰਾ ਦਿੰਦੇ ਨੇ। ਅਰਦਾਸ ਸ਼ਬਦ ਕਹਿੰਦਿਆਂ ਕੀ ਵਿਸ਼ਵਾਸ ਭਰ ਜਾਂਦਾ। ਉਹਨਾਂ ਨੇ ਐੜੇ ਅੱਖਰ ਤੋਂ ਸ਼ਬਦ ਬਣਾਇਆ ਸੀ ਜੀ ਅੰਤਰਜਾਮੀ। ਉਹ ਕਹਿੰਦੇ ਨੇ ਐੜੇ ਅੱਖਰ ਹੈ, ਅੱਖਰ ਹੈ ਐੜਾ, ਸ਼ਬਦ ਹੈ ਅੰਤਰਜਾਮੀ, ਕਿ ਜਿਸ ਸਾਹਮਣੇ ਤੂੰ ਖਲੋ ਕੇ ਬੋਲ ਕੇ ਦੱਸਣ ਆਇਆ, ਸੱਚ ਇਹ ਵੇ ਕਿ ਉਹ ਪਰਮਾਤਮਾ ਤੇਰੇ ਬਿਨਾਂ ਬੋਲਣ ਤੋਂ ਤੇਰੇ ਅੰਦਰ ਨੂੰ ਜਾਣਦਾ ਹੈ, ਅੰਤਰਜਾਮੀ। ਹਜ਼ੂਰ ਦੀ ਬਾਣੀ ਚ ਅਸੀਂ ਬੜੇ ਸ਼ਬਦ ਪੜ੍ਹਨੇ ਕਿ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤੋਂ ਦਾ ਇੱਕ ਸਬਾਕ। ਐੜਾ ਅੰਤਰਜਾਮੀ ਮੈਂ ਤੁਹਾਡੇ ਤੋਂ ਪੜਦਾ ਪਾ ਸਕਣਾ। ਸੱਚ ਇਹ ਵੇ ਅਸੀਂ ਇੱਕ ਦੂਜੇ ਤੋਂ ਪਰਿਵਾਰ ਵਿੱਚ ਪੜਦੇ ਜੀ ਸਕਾਂਗੇ, ਪਰ ਪਿਆਰਿਓ ਵਾਹਿਗੁਰੂ ਤੋਂ ਪੜਦਾ ਕਿਹੜਾ ਮਾਈਕਾ ਲਾਲ ਪਾਏਗਾ। ਐਕਸਰੇ ਦੀ ਮਸ਼ੀਨ ਤਾਂ ਕੱਲੇ ਨਾੜੀਆਂ ਦੀ ਗਿਣਤੀ ਮਿਣਤੀ ਕਰਦੀ ਏ, ਪਰ ਵਾਹਿਗੁਰੂ ਜੀ ਦੀ ਮਸ਼ੀਨ ਤਾਂ ਐਸੀ ਉਹ ਸਾਡੇ ਕਈ ਜਨਮਾਂ ਦੇ ਫੁਰਨੇ ਵੀ ਬਾਹਰ ਕੱਢ ਕੇ ਰੱਖ ਦਿੰਦੀ ਹੈ। ਐੜੇ ਦਾ ਅਰਥ ਅੰਤਰਜਾਮੀ ਸ਼ਬਦ ਬਣਾਇਆ। ਹੁਣ ਦੂਜਾ ਅੱਖਰ ਹੈ ਰਾਰਾ। ਰਾਰੇ ਤੋਂ ਉਹਨਾਂ ਨੇ ਸ਼ਬਦ ਬਣਾਇਆ ਰਖਵਾਲਾ, ਕਿ ਪਾਰ ਬ੍ਰਹਮ ਪਰਮੇਸ਼ਵਰ ਕੇਵਲ ਅੰਤਰਜਾਮੀ ਨਹੀਂ, ਸੱਚ ਇਹ ਵੇ ਕਿ ਪਾਰ ਬ੍ਰਹਮ ਪਰਮੇਸ਼ਵਰ ਹਰ ਜੀਵ ਦਾ ਰਖਵਾਲਾ ਹੈ। ਤੇ ਜਿਹੜਾ ਇੱਥੇ ਸ਼ਬਦ ਵਰਤਿਆ, ਮੇਰੀ ਪਹਿਜ ਰੱਖੋ ਅਰਦਾਸ ਜੀਓ, ਜਦੋਂ ਇਹ ਸਰੀਰ ਪੈਦਾ ਨਹੀਂ ਹੋਇਆ ਉਦਨ ਵੀ ਅਰਦਾਸ ਨੇ ਬਚਾਇਆ, ਤੇ ਜਿੱਦਨ ਇਹਨੂੰ ਫੂਕ ਦਿੱਤਾ ਜਾਣਾ ਆਤਮਾ ਨੂੰ ਫਿਰ ਅਰਦਾਸ ਨੇ ਬਚਾਉਣਾ। ਤੁਸੀਂ ਰੋਜ਼ ਹੀ ਗੁਰੂ ਅਰਜਨ ਦੇਵ ਜੀ ਦਾ ਬਚਨ ਪੜ੍ਹਦੇ ਹੋ, ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀਂ, ਕੋਏ ਨਾ ਸ਼ਬਦ ਦੋਵਾਂ ਥਾਵਾਂ ਤੇ ਟੁਕੇਗਾ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ, ਉਥੈ ਤੇਰੀ ਰੱਖ, ਕਿੱਥੇ ਅਗਨੀ ਉਦਰ ਮੈਂ ਉਥੈ ਤੇਰੀ ਰੱਖ ਜਿੱਥੈ ਕੋਏ ਨਾਹੀਂ। ਮੈਂ ਸਿਰਫ ਅਰਥ ਕਰ ਲਈ, ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ, ਫਿਰ ਸੁਣ ਕੇ ਜਮ ਕੇ ਦੂਤ, ਉਥੇ ਤੇਰੀ ਰੱਖ। ਉਥੇ ਵੀ ਸ਼ਬਦ ਵਰਤਿਆ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਪਰਮਾਤਮਾ ਵਾਹਿਗੁਰੂ ਕੇਵਲ ਅੰਤਰਜਾਮੀ ਨਹੀਂ, ਰਾਰੇ ਦਾ ਅਰਥ ਰਖਵਾਲਾ, ਇੱਥੇ ਤੇ ਉਥੇ ਵੀ ਰਖਵਾਲਾ, ਮਾਤਾ ਦੇ ਉਦਰ ਵਿੱਚ ਵੀ ਰੱਖ। ਉਸ ਤੋਂ ਬਾਅਦ ਤੀਸਰਾ ਅੱਖਰ ਹੈ ਅਰਦਾਸ ਦਾ ਦੱਦਾ। ਹਾਲਾਂਕਿ ਬਾਣੀ ਨੇ ਦੱਦੇ ਅੱਖਰ ਤੋਂ ਸ਼ਬਦ ਹੀ ਬਣਾਇਆ। ਇੱਕ ਤਾਂ ਦੱਦਾ ਹੈ, ਦੋਸ਼ ਨਾ ਦਿਉ ਕਿਸ ਹੈ, ਇੱਕ ਬਚਨ ਹੈ ਦੱਦਾ ਦਾਤਾ ਏਕ ਹੈ। ਦੱਦੇ ਤੋਂ ਉਹ ਸ਼ਬਦ ਬਣਾਉਂਦੇ ਨੇ ਦਾਤਾਰ, ਦਾਤਾ ਦੇਣ ਵਾਲਾ। ਪਰਮਾਤਮਾ ਅੰਤਰਜਾਮੀ ਐੜਾ, ਰਾਰਾ ਪਰਮਾਤਮਾ ਰਖਵਾਲਾ, ਦੱਦੇ ਦਾ ਅਰਥ ਹੈ ਦਾਤਾਰ। ਉਹ ਅੰਤਰਜਾਮੀ ਹੈ, ਰਾਖਾ ਹੈ ਤੇ ਦਾਤਾ ਹੈ। ਇਹੀ ਤਾਂ ਬੰਦਾ ਮੰਗਦਾ ਰਖਵਾਲੀ ਤੇ ਦਾਤ। ਚੌਥਾ ਅੱਖਰ ਅਰਦਾਸ ਦਾ ਹੈ ਸੱਸਾ। ਸੱਸੇ ਦਾ ਉਹਨਾਂ ਸ਼ਬਦ ਬਣਾਇਆ ਸਹਾਰਾ, ਆਸਰਾ, ਕਿ ਕੇਵਲ ਅੰਤਰਜਾਮੀ ਰਖਵਾਲਾ ਤੇ ਦਾਤਾ ਹੀ ਨਹੀਂ, ਜਦੋਂ ਬੰਦੇ ਦਾ ਕੋਈ ਵੀ ਸਹਾਰਾ ਨਹੀਂ ਰਹਿੰਦਾ, ਸੱਚ ਇਹ ਵੇ ਕਿ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਹੋਈ ਪੁਕਾਰ ਹੀ ਸਹਾਰਾ ਬਣ ਜਾਂਦੀ। ਮੈਂ ਅਗਲੀ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਹਰ ਮਨੁੱਖ ਨੂੰ ਕਿਹਾ ਕਿ ਤੁਸੀਂ ਅਰਦਾਸ ਕਰੋ ਪਰਮਾਤਮਾ ਅੱਗੇ, ਜਿਵੇਂ ਅਸੀਂ ਪਾਠ ਕਰਨੇ ਆ ਹਜ਼ੂਰ ਦੀ ਬਾਣੀ ਵਿੱਚੋਂ, ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੇ ਤੇਰੇ ਅੰਦਰ ਦੀ ਬਿਰਥਾ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਹੁਣ ਇਹ ਅਗਲੀ ਤੁਕ ਜਿਹੜੀ ਅਰਦਾਸ ਕਰਨ ਦੀ ਜੁਗਤੀ, ਪਹਿਲਾਂ ਤਾਂ ਕਹਿ ਦਿੱਤਾ ਆਪਣੀ ਬਿਰਥਾ ਹੈ ਤੇ ਅਰਦਾਸ ਕਰ, ਪਰ ਅਰਦਾਸ ਕਰ ਲੱਗਿਆਂ ਆਪਣੀ ਚਲਾਕੀ ਆਪਣੀ ਸਿਆਣਪ ਨੂੰ ਛੱਡ ਦੇ, ਤੇ ਅਰਦਾਸ ਕਰ ਲੱਗਿਆਂ ਆਪਣਾ ਮਨ ਤੇ ਤਨ ਉਹਨੂੰ ਸਮਰਪਣ ਕਰ ਦੇ ਜਿਹਦੇ ਚਰਨਾਂ ਵਿੱਚ ਤੂੰ ਅਰਦਾਸ ਕਰਨ ਲੱਗਾ। ਅਗਲੀ ਤੁਕ ਹੈ ਅਰਦਾਸ ਕਰਨੀ ਕਿਵੇਂ ਹੈ।
ਜਿਵੇਂ ਅਸੀਂ ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਦ ਪੜ੍ਹਦੇ ਹਾਂ ਕਿ ਕਹੋ ਬੇਨਤੀ ਆਪਣੇ ਸਤਿਗੁਰੂ ਪਾ ਕੇ, ਤੂੰ ਆਪਣੇ ਗੁਰੂ ਕੋਲ ਬੇਨਤੀ ਕਹੋ, ਕਾਜ ਤੁਹਾਰੇ ਦੇ ਨਿਭਾਏ, ਤੇਰੇ ਕਾਰਜ ਰਾਸ ਕਰ ਦੇਵੇ। ਇਸੇ ਕਰਕੇ ਅਸੀਂ ਹਜ਼ੂਰ ਦੇ ਚਰਨਾਂ ਵਿੱਚ ਇਹ ਬੇਨਤੀ, ਗੁਰੂ ਨਾਨਕ ਸਾਹਿਬ ਜੀ ਸ਼ਬਦ ਵਰਤਦੇ ਨੇ, ਯੱਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਖੇ ਪਰਵਤਗਾਰ ਪਰਮਾਤਮਾ ਸਦੀਵ ਰਹਿਣ ਵਾਲੇ, ਮੈਂ ਤੇਰੇ ਚਰਨਾਂ ਵਿੱਚ ਇੱਕ ਅਰਜ਼ ਇੱਕ ਬੇਨਤੀ ਕਰਨਾ ਆਇਆ, ਤੇ ਮੇਰੀ ਬੇਨਤੀ ਨੂੰ ਕੰਨ ਦੇ ਕੇ ਸੁਣੋ, ਮੇਰੀ ਅਰਦਾਸ ਨੂੰ ਕੰਨ ਦੇ ਕੇ ਸੁਣੋ। ਯੱਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਇਹ ਸਾਰੇ ਸ਼ਬਦ ਨੇ ਅਰਦਾਸ ਦੇ। ਇੱਕ ਹੋਰ ਬੇਨਤੀ ਕਿ ਅਰਦਾਸ ਸਿੱਖ ਜਗਤ ਵਿੱਚ ਇਹਦੀ ਬੜੀ ਵੱਡੀ ਮਹਾਨਤਾ ਹੈ। ਹੈ ਤਾਂ ਹਰ ਧਰਮ ਪਰਮਾਤਮਾ ਸਾਹਮਣੇ ਕੋਈ ਦੁਆ ਕਰ ਰਿਹਾ, ਕੋਈ ਪ੍ਰੇਰ ਕਰ ਰਿਹਾ, ਕੋਈ ਪ੍ਰਾਰਥਨਾ ਕਰ ਰਿਹਾ, ਕੋਈ ਪੁਕਾਰ ਰਿਹਾ ਹੈ, ਪਰ ਸਿੱਖ ਧਰਮ ਵਿੱਚ ਬੜੀ ਮਹਾਨਤਾ ਹੈ। ਇੱਕ ਸਿਰ ਬਚਨ ਕਹਿ ਕੇ ਇਸ ਵਿਚਾਰ ਵੱਲ ਅੱਗੇ ਤੁਰਨਾ ਕਿ ਅਰਦਾਸ ਅਸੰਭਵ ਨੂੰ ਸੰਭਵ ਕਰ ਦਿੰਦੀ ਹੈ, ਅਰਦਾਸ ਬੇਆਸੇ ਨੂੰ ਆਸ ਦੇ ਦਿੰਦੀ ਹੈ, ਅਰਦਾਸ ਡਿੱਗੇ ਹੋਏ ਨੂੰ ਸਹਾਰਾ ਦੇ ਦਿੰਦੀ ਹੈ, ਅਰਦਾਸ ਮੁਸੀਬਤ ਵਿੱਚ ਘਿਰੇ ਹੋਏ ਨੂੰ ਬੰਦ ਖਲਾਸੀ ਦੇ ਦਿੰਦੀ ਹੈ, ਅਰਦਾਸ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਨੂੰ ਵੀ ਸਾੜ ਕੇ ਰਾਹ ਕਰ ਦਿੰਦੀ ਹੈ। ਮੈਂ ਫਿਰ ਬੇਨਤੀ ਕਰਾਂ, ਪਰ ਅਰਦਾਸ ਟਾਵਾਂ ਟਾਵਾਂ ਕਦੀ, ਬਾਕੀ ਤਾਂ ਸਾਰਾ ਹੁਣ ਹੁੰਦਾ ਨੀ, ਇੱਥੇ ਵੀ ਅਰਦਾਸ ਕਰਦੀ, ਇੱਥੇ ਵੀ ਕਰ ਦਿੱਤੀ, ਉਹ ਤਾਂ ਇੱਕ ਰੂਟੀਨ ਚੱਲਦੀ ਪਈ। ਜਦੋਂ ਕਿਸੇ ਅੰਦਰੋਂ ਅਰਦਾਸ ਨਿਕਲਦੀ, ਮੈਂ ਬੇਨਤੀ ਕਰਾਂ ਕਿ ਆਮ ਅਰਦਾਸ ਦੇ ਲਫ਼ਜ਼ ਧਰਮ ਅਸਥਾਨਾਂ ਦੀ ਛੱਤ ਨੂੰ ਟਕਰਾ ਕੇ ਵਾਪਸ ਆਉਂਦੇ ਨੇ, ਪਰ ਜਦੋਂ ਕਦੀ ਆਤਮਾ ਤੋਂ ਭਿੱਜ ਕੇ ਕੋਈ ਅਰਦਾਸ ਕਰਦਾ, ਉਹਦੀ ਅਰਦਾਸ ਤਾਂ ਪਰਮਾਤਮਾ ਦੇ ਦਰਵਾਜ਼ੇ ਤੱਕ ਤੋੜ ਦਿੰਦੀ ਹੈ। ਸਿਰ ਮੈਂ ਦਰਵਾਜ਼ੇ ਤੱਕ ਤੋੜਨਾ ਇੱਕ ਲਫ਼ਜ਼ ਵਰਤਿਆ, ਉਹਦੀ ਸੁਣੀ ਜਾਂਦੀ ਹੈ। ਦੇਖੋ ਇੱਕ ਬਚਨ ਕਹਿ ਕੇ ਗੁਰੂ ਗ੍ਰੰਥ ਸਾਹਿਬ ਚ ਅਸੀਂ ਪੜ੍ਹਦੇ, ਇਹ ਵੀ ਉਦਾਹਰਣ ਕਈ ਵਾਰੀ ਦਿੱਤੀ ਹੈ। ਇੱਕ ਹੁੰਦਾ ਹੈ ਬੰਦੇ ਦਾ ਹਰ ਸਹਾਰਾ ਮੁੱਕ ਜਾਣਾ, ਕੁਛ ਨਹੀਂ ਰਿਹਾ, ਤੇ ਮੈਂ ਤਾਂ ਕਹਿੰਦਾ ਹੁੰਦਾ ਜਦੋਂ ਸਾਰਾ ਸਹਾਰਾ ਮੁੱਕ ਗਿਆ ਉਦੋਂ ਵੀ ਤਾਂ ਅਰਦਾਸ ਹੀ ਕਰਨੀ ਆ ਨਾ, ਜਿਹਨੂੰ ਆਪਣੇ ਹੱਥੀ ਫੂਕ ਕੇ ਆਏ, ਆਪਣੇ ਹੱਥੀ ਉਹਦੀਆਂ ਅਸਥੀਆਂ ਪਾਣੀ ਸੱਟ ਆਏ, ਪਰ ਪਿਆਰਿਓ ਫਿਰ ਵੀ ਤਾਂ ਸਾਰੇ ਗੁਰਦੁਆਰੇ ਇਕੱਠੇ ਹੋ ਕੇ ਅਰਦਾਸ ਹੀ ਕਰਨੇ ਆ ਨਾ। ਹਾਂ ਸਾਨੂੰ ਪਤਾ ਉਹ ਚਲਾ ਵੀ ਗਿਆ, ਪਰ ਫਿਰ ਵੀ ਅਸੀਂ ਇੱਕ ਭਰੋਸੇ ਤੇ ਬੈਠੇ ਹਾਂ। ਇਹ ਅੱਗੇ ਮੈਂ ਬੇਨਤੀ ਕਰਾਂਗਾ ਜਦੋਂ ਆਵੇਗਾ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਹ ਬਚਨ ਫਿਰ ਕਈ ਵਾਰੀ ਹੁੰਦਾ ਕਿ ਉਹਦੇ ਤੱਕ ਪਹੁੰਚਦੇ ਨੇ ਜੀ, ਇਹ ਸ਼ਬਦ ਹੁੰਦੇ ਨੇ ਵੀ ਜਿਹੜੀ ਅਰਦਾਸ ਕੀਤੀ ਜਾਂਦੀ, ਜਿਹੜਾ ਕੀਰਤਨ ਹੋ ਰਿਹਾ ਕਿ ਉਸ ਰੂਹ ਤੱਕ ਪਹੁੰਚਦਾ, ਇਹਨੂੰ ਮਨਮਤ ਨਾ ਸਮਝੋ। ਜੇ ਭਾਈ ਸਾਹਿਬ ਪੱਲਾ ਪਾ ਕੇ ਕਹਿੰਦੇ ਨੇ ਦਾਤਾ ਜੀਵ ਨੂੰ ਆਪਣੀ ਰਜਾ ਚ ਆਪਣੇ ਘਰ ਨਿਵਾਸ ਬਖਸ਼, ਜੇ ਭਾਈ ਸਾਹਿਬ ਦੇ ਬੋਲ ਪਹੁੰਚ ਸਕਦੇ ਨੇ, ਗੁਰੂ ਨਾਨਕ ਦੇ ਬੋਲ ਨਹੀਂ ਪਹੁੰਚ ਸਕਦੇ? ਸ਼ਬਦ ਬਾਬਾ ਜੀ ਦਾ ਤਾਂ ਐਥਾ ਉਥਾ ਰਖਵਾਲਾ ਹੈ। ਫਿਰ ਬੇਨਤੀ ਕਰਾ, ਸਤਿਗੁਰ ਸਿੱਖਾ ਹਾਲਤ ਪਲਤ ਸਵਾਰੇ ਹੈ, ਇਆਂ ਉਹਾਂ ਰਖਵਾਲਾ ਉਹ ਦੋਵੇਂ ਥਾਂ ਰੱਖੇ ਗੁਰ ਸੂਰੇ ਹੈ। ਆਪਾਂ ਇਹਨੂੰ ਕਿਉਂ ਸਿਸਟਮ ਨੂੰ ਕਹਿ ਦਿੱਤਾ ਬੰਦਾ ਮਰ ਗਿਆ ਜੀ, ਹੁਣ ਕਹਾਣੀ ਖਤਮ ਹੋ ਗਈ, ਅਰਦਾਸ ਦਾ ਕੀ ਫਾਇਦਾ, ਬਾਣੀ ਦਾ ਕੀ ਫਾਇਦਾ? ਇਹ ਇਸ ਬਾਣੀ ਨੂੰ ਕੇਵਲ ਅੱਖਰਾਂ ਦੀ ਬਣਤਰ ਸਮਝ ਕੇ ਇਹਨੂੰ ਕਵਿਤਾ ਦਾ